ਅੱਗੇ ਕਿ ਜੇ ਮੌਸਮ ਸਭ ਨਾਈਸ ਆ ਸਿਰਾ ਸਿਰਾ ਇੰਨਾ ਸਾ ਮੌਸਮ ਨਾਈਸ ਮਤਲਬ ਬਾਕੀ ਸਾਰੀ ਲੱਗੀ ਸੀ ਤਾਂ ਹੁਣ ਪਿਛਲੇ ਟਾਈਮ ਸਾ ਜਾ ਜਾ ਗੁੱਡੀ ਗਿਆ ਸੋ ਜਾ ਕੇ ਖੁੱਲੀ ਗਿਆ ਮਾਸ਼ਾ ਅੱਲਾ ਭਾਈ ਤੋਂ ਫਰਮਾਇਆ ਪਿਆ ਭਰਾ ਕਿ ਪਿਆਰ ਭਰਿਆ ਸਲਾਮ ਜਿਹੜੇ ਵੀਡੀਓ ਤੱਕਣੇ ਨਾਲ ਜੁੜੇ ਵੇ ਨਵੇਂ ਜੁੜੇ ਵੇ ਪਹਿਲ ਕੇ ਜਿਹੜੇ ਸਾਰੇ ਭਾਈ ਤੋਂ ਫੂ ਬੂ ਸਲਾਮ ਦਾ ਅੱਲਾ ਤਾਲਾ ਸਾਰੇ ਖੁਸ਼ ਬਾਸ਼ ਰੱਖੇ ਪੈਟਕਿਨ ਸਰ ਪੱਤੀ ਗੈਸ ਕਿਨ ਸਰ ਕਿਹੜੀ ਕਿਨ ਸਰ ਮੰਮੀ ਇੱਕ ਨਹੀਂ ਸੁਣੀ ਖਾਲੀ ਜਿਹੜਾ ਨਾ ਮੌਸਮ ਦੇਖ ਰਹੇ ਸ਼ੇਅਰ ਕਰੋ ਸੁਣਾ ਤੁਸੀਂ ਇੱਕ ਤਸਲ ਮੌਸਮ ਹੈ ਸੱਚ ਹੈ ਬੰਦੇ ਹਾਲ ਲੱਭਾ ਤਰਸੀ ਤਰਸੀ ਤੇ ਪੂਰਾ ਹਫਤਾ ਬਦਲ ਰਿਹਾ ਤਾਂ ਜਾਈ ਨਾ ਹੋਸ਼ ਮੁੜੀ ਗਏ ਆ ਸਾਰੇ ਤੁੱਟ ਗਿਆ ਖਲਾ ਦਾ ਅਸਲ ਮੈਨੂੰ ਤੂੰ ਪੜ੍ਹ ਕੇ ਬੜੀ ਗਿਆ ਤਾਂ ਕਿਚਨੇ ਕੋਲ ਗਈ ਤੂੰ ਮੁੜੀ ਗਿਆ ਸੋ ਜਿਹੜਾ ਸੋਫੀਆ ਲੈਤੀਆਂ ਸਹੀ ਗਈਆਂ ਤਾਂ ਮੈਂ ਓਡੀ ਦੱਸਿਆ ਚੀਜ਼ਾਂ ਲੋਇੰਦੀਆਂ ਸੀ ਕਾਕੇ ਨਹੀਂ ਸ਼ਾ ਉਹ ਜਿਹਦੀ ਟਰਾਫਿਕ ਭਰੀ ਸੀ ਸਾਰੇ ਬਹੁਤ ਬੜੇ ਬੂਟੇ ਹੋਣੇ ਨਾ ਉਹ ਬੇਲਾ ਖਰਾਬ ਹੋਈ ਜਾਣਾ ਇਹ ਠੀਕ ਰਹਿਣੀ ਇੱਕ ਪਿਆਜ ਹੁੰਦਾ ਸਵਾਹ ਸਵਾਹ ਪਿਆਜ ਸਲਾਹ ਬਣਾਉਣੇ ਦੋ ਚੀਜ਼ਾਂ ਲੋਏ ਨਹੀਂ ਸੀ ਕਹਿੰਦਾ ਗਈਆਂ ਤਾਂ ਪੈਂਤਾਲੀਆਂ ਪਾਉਣ ਲਈ ਅੱਜ ਸ਼ੇਅਰ ਕਰੀ ਕਿ ਹੁਣ ਸਾਰਾ ਲੋ ਜੇ ਕੈਬ ਲੈਣੀ ਆ ਪਰ ਸਹੀ ਗਿਆ ਚਲੋ ਨਾ ਦੱਸਾਂਗਾ ਡਾਂਸ ਪਰ ਵੀਡੀਓ ਦਾ ਫਿਰ ਮੈਂ ਆਪ ਨਹੀਂ ਕਰਾਂ ਜਾਂ ਅੱਜ ਇਹ ਬਣਾਉਣੀ ਆ ਮੈਂ ਅੰਦੇ
ਫਜਦਾਰ ਕਿਸੇ ਰਾਤੇ ਨਹੀਂ ਤਾਂ ਮੈਂ ਤੁਹਾਨੂੰ ਅੱਗੇ ਬਲੇਕ ਨਾਲ ਹੋ ਜਾ ਸੋ ਕੱਲ੍ਹ ਫਿਰ ਆਉਂਦੀ ਉਹ ਨਹੀਂ ਸਜਾ ਕੇ ਸੰਦਾਂ ਲਵਾ ਲਏ ਜਿਹੜਾ ਕਹੀ ਜਾ ਸਾਰੇ ਛੱਲੇ ਇੱਥੇ ਅਜਾਬ ਨਹੀਂ ਪਏ ਉਹਨਾਂ ਵਿੱਚੋਂ ਆਲੂ ਦੰਦੇ ਇੱਥੇ ਬਦਲਿਆ ਨਹੀਂ ਸਾਡੇ ਸਾਹ ਨਹੀਂ ਬਹੁਤ ਸੋਹਣੇ ਬੰਜਲੇ ਤਾਂ ਉਹ ਸਾਰੇ ਖੁਸ਼ੀ ਦਿਖਾਈ ਛੱਲੇ ਇੱਥੇ ਇਵੇਂ ਡਿਸ਼ ਕਿਸੇ ਨੂੰ ਸਾਵੇ ਨਹੀਂ ਚਾਹੀਦਾ ਚਰੀ ਟਮਾਟਰ ਹੁੰਦੇ ਮੇਸਾ ਖਾਣੀਆਂ ਚੰਗੇ ਲੱਗਦੇ ਜੋ ਲੈਣੇ ਮਿੱਠੇ ਚਾਚੀ ਕੁੰਬੀ ਕੱਟੀ ਰੱਖੀ ਕਿਸ ਕਹਿੰਦਾ ਚਾਚੀ ਕੁੰਬੀ ਬਾਈ ਦਾ ਬਿਰਿਆਨੀ ਬਣਾ ਸਾਂ ਜਾਂ ਫਰਾਈ ਕਰੀ ਕਿਸ ਨੂੰ ਇਹ ਬਾਈ ਕਹਿੰਦਾ ਚਾਚੀ ਕੁੰਬੀ ਕੱਟੀ ਰੱਖੇ ਤਾਂ ਬਣਾ ਸਾਂ ਅਤੇ ਬਿਰਿਆਨੀ ਦਾ ਹਾਂ ਮਿੱਠੇ ਚਾਵਲ ਬਣਾਓ ਨਾਲ ਬਣਾਈ ਤਾਂ ਨਾਲ ਕਰਨ ਫਿਜਾਈ ਰੱਖੀ ਉਸ ਕੱਲ੍ਹ ਬਣਾਈ ਸਾਰੇ ਦਾਲ ਹੀ ਸਹੀ ਸੀ ਡੂੰਗੀ 'ਚ ਕਿੰਨੇ ਮਜ਼ੇ ਨੇ ਬਣ ਗਏ ਆਲੂ ਪਏ ਹੋਏ ਵੀ ਬਹੁਤ ਪਸੰਦ ਆਉਂਦਾ ਆਲੂ ਮੈਂ ਅੰਡੇ ਪੈ ਨਹੀਂ ਦੇ ਅੰਡੇ ਆਉਂਦੇ ਸੀ ਅੰਡੇ ਪੈ ਤਾਂ ਇਹ ਹੀ ਖਾ ਬੂ ਟਾਈਮ ਲਾ ਸਾ ਬੂ ਬੜਾ ਖਰਚਾ ਕਰ ਸਾ ਅੰਡੇ ਪੰਛੀ ਰੋਟੀ ਖਾਣਾ ਸੀ ਫਟੋਫਟ ਅੰਡੇ ਬਣ ਗਏ ਤਾਂ ਫਸਟ ਕਲਾਸ ਨਾਲ ਰੋਟੀ ਖਾਇਆ ਸੀ ਹੁਣ ਬਾਈ ਉਸ ਧਰੀਆਂ ਧਰੀਆਂ ਬਾਈ ਤਾਂ ਪਿੱਛਾ ਕਰੀ ਨਾ ਆਉਂਦੀ ਅੰਡੇ ਬਣ ਗਏ ਤਾਂ ਹੁਣ ਦਊ ਕਈ ਕਿਸਾਂ ਰੋਟੀ ਆਸੋ ਅੰਡਿਆਂ ਪਰ ਤੁਸੀਂ ਕਦੇ ਵੀਡੀਓ ਬਣਾਈ ਜਾਣੀ ਹੈ ਰੋਟੀ ਪਾਣੀ ਖਾਈ ਪੀ ਲਿਆ ਰੋਟੀ ਖਰੀ ਖਾਧੀ ਹੈ ਤਾਂ ਦੱਸੇ ਦੱਸੇ ਮੈਂ ਅੰਡੇ ਬਣਾਏ ਅੰਡੇ ਬਣਾਏ ਇਤਨੇ ਸੋਹਣੇ ਬਰਤੇ ਨਾ ਇਤਨਾ ਮਜ਼ਾ ਆਇਆ ਅੰਡਿਆਂ ਰੋਟੀ ਖਾਣੀ ਦਾਲ ਰਾਤਾਂ ਦੀ ਤੀ ਸੀ ਫਿਰ ਮੈਂ ਸੋਚੀ ਮੈਂ ਕਿਹਾ ਬਣਾਵਾਂ ਇਹ ਅੱਜ ਚਿਕੂ ਵੀ ਕੋ ਕੱਟੀ ਰੱਖੇ ਸੀ ਉਹ ਹਾਂਜੀ ਭਾਜੀ ਚਿਕੀ ਵੀ ਕਰੋ ਮੈਂ ਰੱਖ ਸਕ ਜੇ ਮਸਾਲਾ ਸ਼ਾਲਾ ਲਈ ਉਸ ਤਰ੍ਹਾਂ ਦਾ ਅੱਜ ਨਹੀਂ ਖਾਧੇ ਨੇ ਤਾਂ ਪਰ ਮਿੱਠੇ ਚਾਵਲ ਬਣਾਇਆ ਤੂੰ ਕਹੇ ਵੀ ਮੈਂ ਉਹ ਕੰਮ ਨਾ ਪਾ ਦੂੰ ਕਈ ਨਾ ਮੈਂ ਬਣਾਈ ਰੱਖੀ ਉਸ ਤਰ੍ਹਾਂ ਖਾਣੇ ਦੇ ਲਵਾ ਨਹੀਂ ਖਾਣੇ ਦੇ ਤੋਂ ਤਾਂ ਨਾਲ ਮੈਂ ਆਪ ਸਾਰੇ ਸ਼ੇਅਰ ਕਰੀ ਕਰੋ ਪਾਣੀ ਬਸ ਨੂੰ ਵਾਲੇ ਨਾ ਗਏ ਪਰ ਲੱਗ ਕੇ ਹੀ ਰੱਖੇ ਨੇ ਬਹੁਤ ਅੱਛੇ ਲੋਕ ਵੀ ਦੱਸਿਆ ਬਹੁਤ ਤੂੰ ਲੋਕ ਸੇ ਡੱਬੀ ਨਿਕੀ ਸੀ ਪੀਏਗਾ ਤਾਂ ਲੋੜੀ ਦੀ ਗੱਲ ਲੱਭੇ ਕੋਈ ਨਹੀਂ ਹੁਣ ਇਹਨਾਂ ਵੀ ਬਾਂਧ ਗਿਆ ਉਹਦਾ ਪਣੀਏ ਚ ਪੁੰਨੇ ਤੇ ਫਲ ਤੱਕਾ ਕਾਲੀ ਕੋਚੀ ਕਰੇ ਜਿੰਦੇ ਫੇ ਤੱਕੇ ਉਹ ਹਾਂ ਇਹ ਕੱਬ ਹੈ ਥੋ ਜੇ ਬੈਚਾ ਉਸ ਇੱਕ ਖਾਸੀ ਨੂੰ ਤਾਂ ਨਾ ਵੀ ਚੰਗੇ ਲੱਗਣੇ ਨੇ ਤੇ ਨਾ ਬਣਾਓ ਜੇ ਬਣਾਏ ਤੇ ਫਿਰ ਮੈਂ ਖਾਈ ਕਰ ਸਾਂ ਤਾਂ ਨਿਕੀ ਬੇਦਾ ਖਾਣਾ ਮੈਂ ਡਾਇਰ ਕਰਨਾ ਤੇ ਨਾ ਖਾਣਾ ਮੈਂ ਉਹ ਫਿਰ ਆਕੋ ਵਾਲਾ ਫੇ ਜੇ ਨੀਨਾ ਸੀ ਬਣਿਆ ਇਹ ਆਹ ਨਾ ਬਣਾਓ ਮੈਂ ਬਣਾਈ ਕਰ ਸਾਂ ਥੋੜਾ ਜੇ ਤਾਂ ਇਸ ਤੇ ਕਿਸੇ ਦੇ ਕਰੀ ਕਿ ਨਾ ਨਾ ਕਰਕੇ ਖਾ ਲਈ ਨਾ ਖਿਆ ਆ ਥੋੜੇ ਪਾਣੀ ਮੈਂ ਕਿਹਾ ਸਾਨੂੰ ਚਾਸੀ ਤਲੇ ਤੇ ਅਸੀਂ ਬਸ ਚੀਨੀ ਇਹ ਕੱਪ ਹੀ ਚਾਵਲ ਨਾ ਬਿਆ ਚਾਹ ਦਾ ਕੱਪ ਨਹੀਂ ਆਉਂਦਾ ਇਹ ਚ ਕੱਪ ਬਿਆ ਚਾਵਲ ਨਾ ਇਸ ਦਾ ਬਸ ਚੀਨੀ ਮਨੋਂ ਭਜ ਤਾਂ ਨਾ ਬਣੀ ਸੀ ਉਹਦਾ ਦਾ ਕੱਪ ਅਸ
ਸੂਜੀ ਬਰਾਬਰ ਪੈਣੀ ਚੀਨੀ ਤੇ ਚਾਵਲ ਦਾ ਜਦ ਵੱਧ ਪੈਣੀ ਚਾਵਲ ਫੁੱਲ ਸਾਹਿਬ ਕੋਪ ਤੇ ਮੈਂ ਜਿੱਤ ਗਈ ਜੇ ਸੀ ਚੀਨੀ ਚੰਗੀ ਲੱਗਦੀ ਮੈਂ ਸ਼ਕੂਰ ਚਾਹ ਪੀਣੀ ਆ ਤਾਂ ਤੇ ਚੀਨੀ ਆ ਕੇ ਨੌ ਹੀ ਨਹੀਂ ਸੀਗਾ ਇੱਦੀ ਨਫ਼ਤ ਸੀਗੀ ਚੀਨੀ ਕੋਲੋਂ ਚੀਨੀ ਗਲੀ ਗਈ ਚੀਨੀ ਗਲੀ ਗਈ ਬਟੂ ਇੱਥੇ ਬਹਿ ਗਿਆ ਇੱਥੇ ਬਹਿ ਗਿਆ ਇੱਥੇ ਬਹੁਤ ਆ ਵੀ ਬਟੂ ਮਾਰ ਕੇ ਭੈਣ ਵੀ ਜਾ ਕੇ ਹਾਏ ਨਾ ਖਾਓ ਖਾਦਾ ਦੁਆ ਖਾਦਾ ਉਸੇ ਆਹ ਇੱਕ ਸਹੀ ਮਿਲਾਵਟ ਕਰੀ ਖਰੀਦੇ ਹੈ ਸਹੀ ਪਤਾ ਨਹੀਂ ਮਿਲੀ ਫੂਲ ਭਰਦੇ ਆ ਸਹੀ ਬੜੇ ਦੁਆ ਜੋ ਫੇਸ ਬਾਰੇ ਹੀ ਕਹਿੰਦੇ ਮੁੰਡੇ ਲਾ ਲਓ ਮੈਂ ਅੱਛਾ ਨਹੀਂ ਕਿਸੇ ਨੂੰ ਨਾਲੇ ਦੱਸਾਂ ਦੱਦੇ ਤਾਂ ਕਿਉਂ ਕਹਿੰਦੀ ਕਿ ਫਲਾਸਾਂ ਦੱਦੇ ਨਹੀਂ ਤਾਂ ਉਹ ਆ ਬਟੂਆ ਇਹਨੂੰ ਸੱਚਾ ਤਾਂ ਇਹ ਤਾਂ ਬਣਾਉਣ ਦੀ ਗੱਲ ਲਵਾਸੇ ਕੋਲ ਨਹੀਂ ਚੰਗਾ ਇਹ ਚੰਗਾ ਆ ਆ ਜਾ ਨਾ ਚਾਸੀ ਤਿਆਰ ਹੋ ਗਈ ਸਨ ਪਾ ਛੱਡੀ ਨਾ ਇਹ ਚੀਜ਼ ਤਾਂ ਗਦੀ ਸੀ ਮੈਂ ਤੋਈ ਸੀ ਨਾ ਤੇ ਫਿਰ ਬਟੂ ਬੈ ਸੀ ਜੋ ਹੁਣ ਇੱਥੋਂ ਹੀ ਗਿਆ ਜਾਂ ਲਾਚਕਾਂ ਬੈਠ ਲੀਆਂ ਲਾਚਕਾਂ ਬੈ ਨਾ ਫਿਰ ਬਸ ਚਾਹੂ ਇੱਥੋਂ ਜੇ ਹੁਣ ਚਾਹ ਕਹੇ ਕੀ ਫਾਲੂ ਕਰੇ ਆ ਮੈਂ ਫਿਰ ਲੈਣ ਵਾਲੇ ਹਾਂ ਬਸਿੰਦਾ ਥੋੜਾ ਜਿਹਾ ਦੋ ਰੰਗ ਦਾ ਕਿਤੇ ਥੋੜੀ ਬਸ ਜਰਾ ਬਸਮਿਲਲਾ ਬਸ ਅੰਗੂਰ ਕੋਈ ਜਨਾ ਚਾਵਲ ਥੋੜੇ ਜਨਾ ਨਾ ਚਿੱਟੇ ਹੀ ਹੋਣਾ ਚਿੱਟੇ ਨਾਮ ਦਿਸੂ ਤਾਂ ਉਹ ਨਹੀਂ ਸਭ ਨਾ ਵੇ ਖਾਲੀ ਰੰਗ ਰੰਗ ਨਹੀਂ ਚੰਗਾ ਲੱਗਣਾ ਐਸਾ ਕੇਵਲਾ ਬਸ ਚਾਵਲ ਨਹੀਂ ਜਾਣੀ ਉਸ ਨੂੰ ਬਈ ਜਾ ਸੌਗੀ ਤਾਂ ਕਾਜੂ ਪਿਸਤਾ ਖੋਪਾ ਮੈਂ ਇੱਧਰ ਵੈਸੇ ਨਾ ਬਜਾ ਹੈ ਖੋਪਾ ਉਸ ਦਰਜੀ ਕਹਿੰਦਾ ਅੱਜ ਖਾਸੀ ਸੀ ਖੋਪਾ ਸੀ ਤਾਂ ਖੋਬੇ ਚੀਕ ਤਾਂ ਮੂੰਹ ਆਫ ਹੀ ਜਾਸ ਉਠ ਵਧੀਆ ਗਲਾ ਬੰਦ ਹੀ ਜਲਾਸ ਇਸ ਵਾਰ ਫਿਰ ਜ਼ਿਆਦਾ ਡਾਕਟਰ ਮੈਂ ਇਸਤੇਮਾਲ ਕਰਨੀ ਨਹੀਂ ਇਹ ਸਪੈਸ਼ਲ ਦਰਜੀ ਰੱਖੀ ਵੀ ਹੈ ਚਾਵਲ ਦਮ ਲਾ ਜਿਹੜੇ ਚਾਵਲ ਬਣਾਸਾਂ ਸਲੋਨੇ ਬਣਾਸਾਂ ਤਾਂ ਵੀ ਬਸ ਹੁਣ ਤੱਕ ਪੰਜ ਦਸ ਮਿੰਟ ਰੱਖ ਸਕਦਾ ਤਾਂ ਫਿਰ ਖੋਸ ਹੋ ਜਾਂ ਤੱਕ ਸਹੀ ਮਿਲਕਾ ਲਾਤੇ ਬਿਸਮਿਲਲਾ
ਸਭ ਪੱਟਣ ਗਿਆ ਰੋਣ ਸਕਸਾ ਜੇ ਕਹਿੰਦੀ ਸੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਬਸ ਇਹ ਬਣ ਗਏ ਥੇ ਰਾਤ ਰਾਤ ਦਸ ਵਜੇ ਜ਼ਰਦਾ ਖਾਏ ਤਾਂ ਟੇਮ ਭਰੀ ਜਾ ਉਹ ਖਾ ਲਈ ਜਿਹੜੇ ਬਸੋਲੇ ਬਣ ਗਏ ਹਾਂ 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 ਕਮਰਾ ਵੀ ਐਸਾ ਆਮੀ ਬਣਾ ਸੋ ਫਿਰ ਤੂੰ ਸੁਣਾ ਖਾਇਆ ਮੈਂ ਉਹ ਬੰਦਾ ਕਿਹੜਾ ਆਪਦਾ ਖਾਈਦਾ ਚਾਵਲ ਦਸ ਹੋਏ ਭੈਣਾਂ ਭਰਾ ਨੀ ਜਿਹੜੇ ਭੈਣਾਂ ਸੋਹਣੇ ਸੋਹਣੇ ਮਾਸ਼ਾਅੱਲਾ ਕਮੈਂਟ ਕਰਦੀਆਂ ਸੋਹਣੀ ਥੈਂਕ ਯੂ ਬੂਬੂ ਜੇ ਤੱਕ ਟੀਵੀ ਵੀਡੀਓ ਉਹਨਾਂ ਨੇ ਥੈਂਕ ਯੂ ਬੇਸ਼ਕੀ ਬਣੀ ਹੈ ਜਿਹਨੇ ਜਿਹਾ ਸਬਸਕ੍ਰਾਈਬ ਕੀਤਾ ਉਹਨਾਂ ਨੇ ਬਹੁਤ ਬਹੁਤ ਥੈਂਕ ਯੂ ਅੱਲਾਹ ਤਾਲਾ ਸਾਰੇ ਖੁਸ਼ ਰੱਖਿਆ ਆਵਾਜ਼ ਰੱਖਿਆ ਸਾਰਿਆਂ ਦੀਆਂ ਤੰਗੀਆਂ ਤਕਲੀਫਾਂ ਦੁੱਖ ਦਰਦ ਸਾਰੇ ਅੱਲਾਹ ਤਾਲਾ ਦੂਰ ਕਰਿਆ ਸਾਰੇ ਕੁਛ ਬਾਜ ਰੱਖਿਆ ਮਾੜੇ ਭੈਣਾਂ ਦਾ ਸੋਹਣੇ ਸੋਹਣੇ ਖਾਣੇ ਸੋਹਣੇ ਸੋਹਣੇ ਖਾਣ ਜਿਸ ਕੀ ਜ਼ਰਦਾ ਪਸੰਦ ਆ ਉਹ ਜ਼ਰਦਾ ਵੀ ਖਾਇਆ ਮੈਂ ਕੌਣ ਕਦੇ ਦੱਸਿਆ ਕੁਛ ਕੁਛ ਕੀ ਮਿੱਠੇ ਚਾਵਲ ਪਸੰਦ ਹੈ ਅੱਲਾਹ ਸੋਹਣੇ ਵਾਲਾ ਹੈ ਜਿੱਥੇ ਇੱਥੇ ਅੱਲਾਹ ਖੈਰ ਹੀ ਰੱਖਿਆ ਦੇ ਥੈਂਕ ਯੂ ਬੂਬੂ ਆਪਣੀ ਪਿਓ ਨੇ ਸਪੋਰਟ ਕਰਦੇ ਨੀ ਤਾਂ ਇਸ ਤਰ੍ਹਾਂ ਅੱਗੇ ਸਪੋਰਟ ਕਰਿਆ ਹੈ ਜੇ ਜਿਹੜੀ ਕੋਈ ਪੱਜੀ ਟੁੱਟੀ ਵੀਡੀਓ ਲੱਗਣੀ ਹੈ ਉਸਨੂੰ ਸਪੋਰਟ ਕਰਿਆ ਥੈਂਕ ਯੂ ਸਰ ਜੀ ਮਾੜੇ ਪੱਜੀ ਟੁੱਟੀ ਵੀਡੀਓ ਤੱਕ ਸੁਣ ਤੇ ਤਾਂ ਅੱਲਾਹ ਸੁਣਨ ਵਾਲਾ ਹੈ